ਉੱਤਰ ਕੇ ਜੀ ਮੈਂ ਆਪਦੀ ਬਾਰੀ ਬੰਦ ਕਰਕੇ ਜੀ ਤੇ ਮੈਂ ਆਪਦੇ ਬੇਟੇ ਨੂੰ ਹਜੇ ਗੱਡੀ 'ਚ ਉਤਾਰ ਰਿਹਾ ਜੀ, ਉਹਨਾਂ ਨੇ ਆ ਕੇ ਗੱਡੀ ਟੋ ਕਰ ਲਈ। ਅਸੀਂ 60 ਕਿਲੋਮੀਟਰ ਤੋਂ ਉੱਥੋਂ ਗਏ ਹਾਂ ਅਤੇ ਅਸੀਂ ਉਹਨਾਂ ਤੋਂ ਸਮਾਨ ਨਹੀਂ ਲਿਆ ਜੀ। ਮੈਂ ਉਹਨਾਂ ਨੂੰ ਦੁਕਾਨਦਾਰਾਂ ਨੂੰ ਚੇਤੇ ਤੌਰ 'ਤੇ ਕਹਿ ਕੇ ਆਇਆ ਵੀ ਤੁਹਾਡੇ ਇੱਥੇ ਦੁਕਾਨਾਂ 'ਤੇ ਕਿਸੇ ਨੇ ਆਉਣਾ ਨਹੀਂ ਗਾ। ਉਹਨਾਂ ਨੂੰ ਚਾਹੀਦਾ ਸੀਗਾ ਵੀ ਸਾਰਿਆਂ ਨੂੰ ਮੇਰੇ ਨਾਲ ਖੜਨਾ ਚਾਹੀਦਾ ਸੀ, ਕੋਈ ਨਹੀਂ ਖੜਿਆ ਜੀ। ਸਾਰੇ ਉੱਥੇ ਵੀਡੀਓ ਬਣਾਉਣ 'ਤੇ ਲੱਗੇ ਹੋਏ ਸੀ। ਉਹ ਕਹਿੰਦੇ ਯਾਰ ਤੁਸੀਂ ਚਾਹੇ SSP ਨੂੰ ਸ਼ਿਕਾਇਤ ਕਰੋ, DC ਨੂੰ ਕਰੋ, ਮੇਅਰ ਨੂੰ ਕਰੋ, MLA ਨੂੰ ਕਰੋ, ਅਸੀਂ ਠੇਕਾ ਭਰਦੇ ਹਾਂ। ਉਹ ਕਹਿੰਦਾ ਮੈਂ ਪੁਲਿਸ ਵਾਲਾ। ਮੈਂ ਕਿਹਾ ਜੀ ਤੈਨੂੰ ਕੀ ਪਤਾ, ਸਾਰੇ ਤੁਸੀਂ ਸਿਵਲ 'ਚੋਂ ਇੱਕ ਬੰਦਾ ਮੁਲਾਜ਼ਮ ਆ ਜੀ, ਆਹ ਮਰ ਨੋਰਮਲ ਕੁਰਤੇ ਪਜਾਮੇ ਵਾਲੇ ਬੰਦੇ ਆ ਕੇ ਤੁਹਾਡੀ ਗੱਡੀ ਨੂੰ ਹੱਥ ਪਾਉਂਦੇ ਜੀ, ਇਹ ਕੀ ਪਤਾ ਤੁਹਾਡੀ ਗੱਡੀ ਲੁੱਟ ਹੀ ਲੈਣੀ। ਬਠਿੰਡਾ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਜਿਸ ਵਿੱਚ ਇੱਕ ਵਿਅਕਤੀ ਜੋ ਟੋਅ ਕਰਨ ਆਈ ਗੱਡੀ ਦੇ ਨਾਲ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਕਰ ਰਿਹਾ, ਉਹਦਾ ਕਾਰਨ ਕੀ ਹੈ? ਬਠਿੰਡਾ ਵਿੱਚ ਅਕਸਰ ਤੁਸੀਂ ਜੇਕਰ ਗੱਡੀ ਪਾਰ ਕਰਕੇ ਜਾਓਗੇ ਤਾਂ ਤੁਹਾਡੀ ਗੱਡੀ ਟੋਅ ਕਰ ਲੈਣਗੇ ਜੇਕਰ ਉਹ ਗੈਰ ਕਾਨੂੰਨੀ ਥਾਂ 'ਤੇ ਪਾਰਕ ਕੀਤੀ ਹੋਈ। ਗੱਲਬਾਤ ਕਰਦੇ ਹਾਂ ਡੀਸਰ ਸਿੰਘ, ਬਲਕਰਨ ਸਿੰਘ ਡੀਸਰ ਸਾਡੇ ਨਾਲ ਮੌਜੂਦ ਹੈ। ਉਹਨਾਂ ਦੀ ਗੱਡੀ ਸੀ, ਰੌਲਾ ਬਹੁਤ ਪਿਆ, ਤੁਸੀਂ ਵੀਡੀਓ ਵੇਖੀ ਹੋਊਗੀ ਬਾਈ। ਸਭ ਤੋਂ ਪਹਿਲਾਂ ਤਾਂ ਕੀ ਘਟਨਾ ਹੋਈ ਹੈ ਬਠਿੰਡਾ ਜਿਹੜੀ ਹੋਈ ਅੱਜ? ਬਹੁਤ ਬਹੁਤ ਧੰਨਵਾਦ ਤੁਹਾਡਾ ਅਮਤਾਜ ਜੀ। ਤੁਸੀਂ ਜਿਹੜੀ ਕੱਲ੍ਹ ਵੀਡੀਓ ਵਾਇਰਲ ਹੋ ਰਹੀ ਸੋਸ਼ਲ ਮੀਡੀਆ 'ਤੇ, News 18 ਨੇ ਵੀ ਨਸ਼ਰ ਕੀਤੀ ਆ, ਹੋਰ ਵੀ ਤੁਹਾਡੇ ਵਰਗੇ ਜਿਹੜੇ ਯੂਟਿਊਬ ਚੈਨਲ ਚਲਾਉਂਦੇ ਹੈਗੇ ਉਹਨਾਂ ਨੇ ਵਾਇਰਲ ਕੀਤੀ ਆ, ਅਤੇ ਮੈਨੂੰ ਬਹੁਤ ਜ਼ਿਆਦਾ ਸਵੇਰ ਤੋਂ ਹੀ ਫੋਨ ਆ ਰਹੇ ਆ। ਅਤੇ ਗੱਲ ਇਉਂ ਸੀਗੀ ਜੀ, ਮੇਰਾ ਬੇਟਾ ਸੀਗਾ ਜੀ ਨਾਲ, ਅਸੀਂ ਉਹਦੇ ਲਈ ਜਿਹੜੀ ਉੱਥੇ ਬਠਿੰਡਾ ਦੀ ਆਰੀਆ ਸਮਾਜ ਦੇ ਵਿੱਚ ਸਪੋਰਟਸ ਮਾਰਕੀਟ ਆ, ਉਹਦੇ 'ਚ ਅਸੀਂ ਉਹਦੇ ਲਈ ਕੁਛ ਆਪਣਾ ਲੈਣ ਗਏ ਸੀਗੇ ਖੇਡਾਂ ਦਾ ਸਮਾਨ। ਅੱਜ ਕੱਲ੍ਹ ਦੇ ਬੱਚੇ ਜ਼ਿਆਦਾਤਰ ਮੋਬਾਈਲ ਚਲਾਉਂਦੇ ਆ, ਅਸੀਂ ਸਪੈਸ਼ਲ ਆਪਣਾ, ਸਾਡੀ ਵੀ ਗਲਤੀ ਆ, ਕੋਟਕਪੂਰਾ ਦੇ ਜੈਤੋਂ ਛੱਡ ਕੇ ਸਾਨੂੰ ਨਹੀਂ ਜਾਣਾ ਚਾਹੀਦਾ ਸੀ, ਉਸ ਜਿਹੜੇ ਸਾਨੂੰ ਬਹੁਤ ਹਰਾਸਮੈਂਟ ਹੋਈ। ਦੇਖੋ ਜਿਹੜੀ ਗੱਡੀ ਟੋ ਕਰਨੀ ਆ ਉਹ ਕੋਈ ਗਲਤ ਨਹੀਂ ਗੀ, ਪਰ ਜਦੋਂ ਬੰਦਾ ਕੋਈ ਵੀ ਕਿਸੇ ਲਾ ਨੂੰ ਜਾਂ ਕਾਨੂੰਨ ਨੂੰ ਉਹਦੀ ਮਿਸ ਯੂਜਿੰਗ ਕਰਦਾ ਜੀ, ਜਿਹੜਾ ਆਪਾਂ ਨਹੀਂ ਕਹਿੰਦੇ ਜੀ ਵੀ ਤੁਸੀਂ ਗੱਡੀ ਪਾਰਕਿੰਗ 'ਚ ਲਾਉਣੀ ਚਾਹੀਦੀ ਹੈ, ਜੋ ਸਰਕਾਰ ਨੇ ਪਾਰਕਿੰਗ ਬਣੀ ਆ, ਜਾਂ ਕੋਈ ਬੰਦਾ ਮਾਰਕੀਟ ਬਣਾਉਂਦਾ ਜੀ, ਨਾ ਤਾਂ ਉੱਥੇ ਤਾਂ ਜੀ ਕੋਈ ਨੋ ਪਾਰਕਿੰਗ ਦਾ ਬੋਰਡ ਲੱਗਿਆ ਵਾ ਸੀਗਾ, ਨਾ ਅਸੀਂ ਗੱਡੀ ਤੋਂ ਦੂਰ ਗਏ ਸੀਗੇ ਜੀ। ਹਜੇ ਅਸੀਂ ਆਪਦੇ ਬੇਟੇ ਨੂੰ ਉਤਾਰ ਰਹੇ ਸੀ, ਬੇਟਾ ਮਗਰ ਬੈਠਾ ਸੀ, ਮਿਸਿਜ ਅੱਗੇ ਬੈਠੀ ਸੀਗੀ, ਹਜੇ ਗੱਡੀ ਲੌਕ ਤੱਕ ਨਹੀਂ ਹੋਈ ਸੀਗੀ। ਮੈਂ ਜਦੋਂ ਉਹਨੂੰ ਟੋ ਕਰੀ ਜਾਂਦੇ ਆ, ਮੈਂ ਜੇ ਤਾਂ ਜੀ ਮੈਂ ਗੱਡੀ ਪਾਰਕਿੰਗ ਕਰਕੇ ਜੇ ਮੈਂ ਦੁਕਾਨ 'ਚ ਵੀ ਗਿਆ ਹੁੰਦਾ ਨਾ ਜੀ, ਤਾਂ ਗੱਡੀ ਲੈ ਜਾਂਦੇ, ਮੈਨੂੰ ਉਹਦਾ ਕੋਈ ਦੁੱਖ ਨਹੀਂ ਸੀਗਾ ਜੀ। ਸਭ ਤੋਂ ਵੱਡੀ ਗੱਲ ਹੈ ਜੀ, ਉੱਥੇ ਕੋਈ ਨੋ ਪਾਰਕਿੰਗ ਦਾ ਬੋਰਡ ਨਹੀਂ ਲੱਗਿਆ ਜੀ। ਆਲਰੇਡੀ ਪਹਿਲਾਂ ਇੱਕ ਫੋਰਚੂਨਰ ਗੱਡੀ ਉੱਥੋਂ ਗਈ ਸੀ, ਉਹ ਸ਼ਾਇਦ ਕਿਸੇ ਵੱਡੇ ਬੰਦੇ ਦੀ ਸੀ, ਆਪਾਂ ਸਧਾਰਨ ਦੀ। ਇੱਕ ਨਵੀਂ ਜਿਹੜੀ ਸਕਾਰਪੀਓ ਆਈ ਆ ਉਹ ਖੜੀ ਸੀਗੀ, ਉਹ ਮੇਰੇ ਪਿੱਛੇ ਖੜੀ ਸੀਗੀ, ਮੈਂ ਉਹਦੇ ਅੱਗੇ ਜਾ ਕੇ ਖੜਿਆ ਖੜਿਆ ਜੀ। ਹਜੇ ਮੈਂ ਬੇਟਾ ਮਗਰਲੀ ਸੀਟ 'ਤੇ ਬੈਠਾ, ਮਿਸਿਜ ਅਗਲੀ ਸੀਟ 'ਤੇ ਬੈਠੀ ਸੀਗੀ, ਮਿਸਿਜ ਉੱਤਰ ਗਈ। ਮਿਸਿਜ ਨੂੰ ਮੈਂ ਕਹੀ ਜਾਂਦਾ, ਮੈਂ ਕਿਹਾ ਮੈਂ ਗੱਡੀ ਪਾਰਕਿੰਗ 'ਚ ਲਾ ਦਿਆਂ, ਮੈਂ ਬੇਟੇ ਨੂੰ ਉਤਾਰਨ ਲੱਗ ਗਿਆ, ਮੈਂ ਕਿਹਾ ਬਿਆਰ ਦਾ ਕੰਮ ਆ, ਇੱਧਰਲੇ ਪਾਸੇ ਉਤਰੋ ਜੀ। ਇੰਨੇ ਹਜੇ ਮੈਂ ਬੇਟੇ ਨੂੰ ਉਤਾਰ ਕੇ ਬਾਰੀ ਬੰਦ ਕਰਦਾ ਪਿਆ, ਉਹਨਾਂ ਨੇ ਗੱਡੀ ਆ ਕੇ ਉਹ ਵੀਡੀਓ ਨਹੀਂ ਸ਼ਾਇਦ ਬਣ ਸਕੀ, ਕਿਤੇ CCTV ਕੈਮਰੇ 'ਚੋਂ ਬਣ ਸਕੂਗੀ। ਮੈਂ ਕਿਹਾ ਯਾਰ ਪਹਿਲੀ ਗੱਲ ਤਾਂ ਜੀ ਦੇਖੋ, ਜਿਹੜਾ ਇਹ ਲੋ ਬਣਿਆ ਵਾ ਉਹਨਾਂ ਨੇ, ਜਦੋਂ ਬੰਦਾ ਕੋਈ ਗਲਤ ਪਾਰਕਿੰਗ ਕਰਦਾ ਅਤੇ ਗੱਡੀ ਚੱਕਣੀ ਹੁੰਦੀ ਹੈ ਜੀ, ਜਿਹੜਾ ਚਲੋ ਉਹਨਾਂ ਦਾ ਰਾਈਟ ਬਣਦਾ। ਇੱਕ ਤਾਂ ਸਰਕਾਰ ਨੂੰ ਬੇਨਤੀ ਹੈ ਜੀ ਕਿ ਸਾਡੇ ਕੋਲ ਇੰਨੇ ਮੁਲਾਜ਼ਮ ਹੀ ਹੈ ਨਹੀਂ ਗੇ, ਉਹ ਪ੍ਰਾਈਵੇਟ ਬੰਦਿਆਂ ਨੂੰ ਕੰਮ ਦਿੱਤਾ ਵਾ ਜੀ, ਜਿੱਥੋਂ ਤੱਕ ਅਸੀਂ ਵੀ ਕੱਲ੍ਹ ਕੀਤਾ ਜੀ। ਦੂਜੀ ਗੱਲ ਇਹ ਆ ਜੀ, ਮੈਂ ਗੱਡੀ ਤੋਂ ਪਾਸੇ ਨਹੀਂ ਸੀ, ਗੱਡੀ ਹਜੇ ਲੋਕ ਤੱਕ ਵੀ ਨਹੀਂ ਹੋਈ ਸੀਗੀ, ਜਿੰਨੇ ਵੀ ਉੱਥੇ ਆਮ ਲੋਕ ਖੜ੍ਹੇ ਸੀ, ਦੁਕਾਨਾਂ ਵਾਲੇ ਖੜ੍ਹੇ ਸੀ। ਮੈਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਵੀ ਤੁਹਾਡੀ ਦੁਕਾਨ 'ਤੇ ਆਊਗਾ ਕੌਣ ਜੀ, ਤੁਸੀਂ ਜੇਕਰ ਗਾਹਕ ਦੇ ਨਾਲ ਹੀ ਨਹੀਂ ਖੜ੍ਹਦੇ ਜੀ, ਪਰ ਅਸੀਂ ਉੱਥੇ ਸਮਾਨ ਨਹੀਂ ਲਿਆ ਗਿਆ ਜੀ, ਅਸੀਂ ਆਪਦੇ ਕੋਟਕਪੂਰੇ ਤੋਂ ਸਮਾਨ ਜਾਂ ਜੈਤੋ ਤੋਂ ਲੈ ਲਾਂਗੇ ਜੀ, ਮਾੜਾ ਮਿਲ ਜੂਗਾ ਜੀ, ਚਲੋ ਕੋਈ ਗੱਲ ਨਹੀਂ ਜੀ। ਇਹ ਸਾਡੀ ਜਿਹੜੀ ਅਸੀਂ ਦੂਰ ਦੂਰ ਤੋਂ ਨੇੜਲੇ ਛੋਟੇ ਸ਼ਹਿਰਾਂ ਵਾਲੇ ਵੱਡੇ ਸ਼ਹਿਰ ਨੂੰ ਪੈਂਦੇ ਹਾਂ, ਇਹ ਸਾਨੂੰ ਬਠਿੰਡਾ ਦੇ ਦੁਕਾਨਦਾਰਾਂ ਨੇ ਅਤੇ ਬਠਿੰਡਾ ਨੇ ਸਾਨੂੰ ਇੱਕ ਅਸਨੀਅਤ ਦਿੱਤੀ ਹੈ ਵੀ ਤੁਸੀਂ ਇੱਥੇ ਸਾਡੇ ਸ਼ਹਿਰ ਆਉਣ ਦੀ ਲੋੜ ਨਹੀਂ ਗੀ ਜੀ।
ਮਤਲਬ ਜਿਹੜੇ ਸਮਾਨ ਲੈਣ ਜਾਂਦੇ ਆ ਉਹਨਾਂ ਦੀਆਂ ਗੱਡੀਆਂ ਦੁਕਾਨਾਂ ਦੇ ਮੂਹਰੋਂ ਸ਼ਰੇਆਮ ਚੱਕੀਆਂ ਜਾਂਦੀਆਂ ਅਤੇ ਉਹ ਬੋਲਦੇ ਵੀ ਨਹੀਂ? ਇੱਕ ਵੀ ਦੁਕਾਨਦਾਰ ਨਹੀਂ, ਦੇਖੋ ਜੀ ਮੈਂ ਵੀਡੀਓ 'ਚ ਉਹਨਾਂ ਨੂੰ ਕਹਿ ਰਿਹਾ ਜੀ ਵੀ ਤੁਸੀਂ ਤਾਂ ਕਮ ਸੇ ਕਮ ਸਾਡੇ ਨਾਲ ਤੁਸੀਂ ਖੜੋ ਤਾਂ ਸਹੀ, ਤੁਸੀਂ ਕਹੋ ਬੰਦਾ ਸਾਡੀ ਦੁਕਾਨ 'ਚ ਨਹੀਂ ਵੜਿਆ, ਪੂਰੀ ਮਾਰਕੀਟ ਨੂੰ ਉੱਥੇ ਕਿਹੜਾ ਇੱਕ ਦੁਕਾਨ ਹੈ ਜੀ, ਇੱਕ ਦੁਕਾਨ ਵਾਲੇ ਨਾਲ, ਇੱਕ ਦੁਕਾਨ ਵਾਲੇ ਤਾਂ ਹੋ ਸਕਦਾ, ਉੱਥੇ ਪੂਰੀ ਜਿਹੜੀ ਸਪੋਰਟਸ ਮਾਰਕੀਟ ਹੈ ਜੀ, ਉਹਨਾਂ ਨੂੰ ਚਾਹੀਦਾ ਸੀਗਾ ਵੀ ਸਾਰਿਆਂ ਨੂੰ ਮੇਰੇ ਨਾਲ ਖੜਨਾ ਚਾਹੀਦਾ ਸੀ, ਕੋਈ ਨਹੀਂ ਖੜਿਆ ਜੀ, ਸਾਰੇ ਉੱਥੇ ਵੀਡੀਓ ਬਣਾਉਣ 'ਤੇ ਲੱਗੇ ਹੋਏ ਸੀਗੇ ਜੀ, ਵੀਡੀਓ ਜ਼ਰੂਰ ਨਾ ਕਰਤੀ, ਲੋਕਾਂ ਦੇ ਕਮੈਂਟ ਬਹੁਤ ਚੰਗੇ ਆ ਰਹੇ ਆ, ਸਾਰੇ ਉਹਨਾਂ ਦੇ ਉਲਟ ਬੋਲ ਰਹੇ ਆ। ਦੇਖੋ ਜਦੋਂ ਵੀ ਕਿਸੇ ਚੀਜ਼ ਦਾ ਮੈਸੇਜ ਯੂਜ ਹੁੰਦਾ ਉਹਦੇ ਨਾਲ ਜਾਂ ਤਾਂ ਸਰਕਾਰ ਬਦਨਾਮ ਹੁੰਦੀ ਆ ਅਤੇ ਜਾਂ ਪੁਲਿਸ ਪ੍ਰਸ਼ਾਸਨ। ਮੈਂ ਪ੍ਰਸ਼ਾਸਨ ਨੂੰ, ਬਠਿੰਡਾ ਦੇ ਡੀ ਸੀ ਨੂੰ, ਮੇਅਰ ਨੂੰ ਇਹ ਬੇਨਤੀ ਕਰੂੰਗਾ ਕਿ ਦੇਖੋ ਬਠਿੰਡਾ ਦੀ ਸ਼ਾਨ ਇਸੇ ਗੱਲ ਨਾਲ ਵਧੀ ਆ ਕਿ ਜਿਹੜੇ ਨੇੜਲੇ ਛੋਟੇ ਸ਼ਹਿਰ ਆ ਜਾਂ ਆਸੇ ਪਾਸੇ ਪਿੰਡਾਂ ਦੇ ਲੋਕ ਆ ਉਹ ਬਠਿੰਡੇ ਨੂੰ ਵਧੀਆ ਸ਼ਹਿਰ ਮੰਨ ਕੇ ਜਾਣ ਲੱਗੇ ਆ। ਉਹ ਬਠਿੰਡਾ ਸੋਹਣਾ ਕਿਵੇਂ ਬਣੂਗਾ ਜੀ ਜੇ ਲੋਕ ਉੱਥੇ ਜਾਣਗੇ, ਲੋਕ ਉੱਥੇ ਸ਼ੋਪਿੰਗ ਕਰਨਗੇ, ਕੋਈ ਉੱਥੇ ਆਪਦੀ ਇਨਵੈਸਟਮੈਂਟ ਨਹੀਂ ਕਰਨ ਨੂੰ। ਪਹਿਲਾਂ ਵੀ ਤੁਹਾਨੂੰ ਪਤਾ ਜੀ ਪ੍ਰਸ਼ਾਸਨ ਬਠਿੰਡੇ ਦਾ ਬਿਲਕੁਲ ਸੁੱਤਾ ਵਾ ਜੀ, ਪਹਿਲਾਂ ਉੱਥੇ ਤੁਹਾਨੂੰ ਪਤਾ ਜੀ ਫਰੋਤੀਆਂ ਵਾਲਾ ਤਾਂ ਕੰਮ ਚੱਲਦਾ ਹੀ ਚੱਲਦਾ ਸੀ, ਕਿੱਡੇ ਕਿੱਡੇ ਵੱਡੇ ਕਤਲ ਹੋਏ ਆ ਜੀ, ਸ਼ਰੇਆਮ ਕਤਲ ਹੋਏ ਆ। ਅਤੇ ਆਹ ਹੁਣ ਰਹਿੰਦੀ ਖੁੰਦੀ ਕੱਲ੍ਹ ਜਿਹੜੀ ਗੁੰਡਾਗਰਦੀ ਕੀਤੀ ਆ, ਮੇਰਾ 5 ਸਾਲ ਦਾ ਬੇਟਾ ਸੀਗਾ ਜੀ ਉਹ ਸਾਰੀ ਰਾਤ ਸਹਿਮਿਆ ਰਿਹਾ, ਉਹ ਸਾਰਾ ਦਿਨ ਸਾਰੀ ਰਾਤ ਰਸਤੇ ਤੱਕ ਰੋਂਦਾ ਰਿਹਾ ਜੀ। ਜਦੋਂ ਗੱਡੀ ਟੋਕ ਕਰਨ ਆਏ ਸੀਗੇ ਤੁਹਾਡੀ, ਮਤਲਬ ਸ਼ਿਕੰਜੇ ਜਦੋਂ ਪਾਏ, ਤੁਸੀਂ ਗੱਲਬਾਤ ਕੀਤੀ ਉਹਨਾਂ ਨਾਲ, ਉਹਨੂੰ ਕਿਹਾ ਕੁਛ? ਮੇਰੀ ਮਿਸਿਜ ਨੇ ਤਾਂ ਮੈਂ ਕਿਹਾ, ਉਹ ਕਹਿੰਦੇ ਯਾਰ ਤੁਸੀਂ, ਮੈਂ ਕਹੀ ਕਰ ਕੀ ਰਹੇ ਹੋ ਬਈ, ਅਸੀਂ ਕੋਲੇ ਖੜੇ ਹਾਂ, ਜੇ ਤਾਂ ਅਸੀਂ ਪਾਰਕਿੰਗ ਕਰਕੇ ਚਲੇ ਗਏ ਹੋਗੇ ਜੀ, ਇਹ ਗੱਲ ਫੇਰ ਸੀਗੀ ਜੀ, ਅਸੀਂ ਕੋਲੇ ਖੜੇ ਤਾਂ ਹੀ ਸਾਨੂੰ ਪਤਾ ਲੱਗਿਆ ਨਹੀਂ, ਜੇ ਅਸੀਂ ਗੱਡੀ ਦੇ ਕੋਲੇ ਨਾ ਹੁੰਦੀ ਉਹ ਟੋਕ ਕਰਕੇ ਲੈ ਜਾਂਦੇ ਜੀ, ਅਸੀਂ ਫਾਈਨ ਆਰਾਮ ਨਾਲ ਭਰ ਦਿੰਦੇ। ਗੱਲ ਫਾਈਨ 500 ਰੁਪਏ ਦੀ ਭਰਨ ਦੀ ਨਹੀਂ, ਜਦੋਂ ਕਿਤੇ ਕੋਈ ਗਲਤ ਹੁੰਦਾ ਜੀ, ਜੇ ਆਪਾਂ ਸਮਾਜ 'ਚ ਰਹਿੰਦੇ ਹਾਂ ਜੀ, ਸਾਡੇ ਗੁਰੂਆਂ ਪੀਰਾਂ ਨੇ ਕਿਹਾ ਜੀ ਜੇ ਜ਼ੁਲਮ ਕਰਨਾ ਪਾਪ ਆ ਅਤੇ ਸਹਿਣਾ ਉਦੋਂ ਵੱਡਾ ਪਾਪ ਆ ਜੀ, ਉਹ ਬਿਲਕੁਲ ਨਿਆਂ ਹੋ ਰਿਹਾ ਜੀ ਉੱਥੇ ਲੋਕਾਂ ਨਾਲ। ਪਰ ਪਤਾ ਨਹੀਂ ਕਦੋਂ ਜੀ ਲੋਕ, ਤੁਹਾਨੂੰ ਪਤਾ ਹੀ ਆ ਜੀ ਇਹ ਸਰਕਾਰ 'ਚ ਇੱਕ ਸਭ ਤੋਂ ਵੱਡੀ ਗੱਲ ਚੱਲੀ ਆ, ਜਿਹੜਾ ਬੰਦਾ ਲੋਕਾਂ ਦੀ ਆਵਾਜ਼ ਚੱਕਦਾ ਉਹ 'ਤੇ ਪਰਚਾ ਹੋ ਜਾਂਦਾ, ਲੋਕ ਡਰਦੇ ਆ ਜੀ, ਸਹਿਮੇ ਆ। ਮੈਂ ਜਗਰੂਪ ਸਿੰਘ ਗਿੱਲ ਨੂੰ ਬੇਨਤੀ ਕਰਨਾ ਚਾਹੁੰਦਾ ਜੀ, ਤੁਸੀਂ ਮੇਅਰ ਤੋਂ MLA ਬਣੇ ਹੋ, ਤੁਹਾਨੂੰ ਲੋਕਾਂ ਦੇ ਦੁੱਖ ਦਰਦ ਪਤਾ। ਦੇਖੋ ਜਿਹੜੇ ਬੰਦੇ ਪਹੁੰਚ ਵਾਲੇ ਹੁੰਦੇ ਉਹਨਾਂ ਕੋਲ ਵੱਡੀਆਂ ਗੱਡੀਆਂ ਹੁੰਦੀਆਂ, ਅਤੇ ਸਭ ਤੋਂ ਵੱਡੀ ਗੱਲ ਸਭ ਤੋਂ ਜਿਹੜੀ ਬਦਮਾਸ਼ੀ ਕਰ ਰਿਹਾ ਸੀ, ਇੱਕ ਉੱਥੇ ਚਿੱਟੇ ਕੱਪੜਿਆਂ 'ਚ ਬੰਦਾ ਹੋਰ ਸੀਗਾ ਬਿਲਕੁਲ ਸਿਵਲ ਵਰਦੀ 'ਚ, ਸ਼ਾਇਦ ਉਹ, ਮੈਂ ਬਾਅਦ 'ਚ ਇੱਕ ਦੋ ਮੇਰੇ ਕੋਈ ਯਾਰ ਦੋਸਤ ਸੀਗੇ ਉਹਨਾਂ ਨੂੰ ਫੋਨ ਕਰਕੇ ਪੁੱਛਿਆ, ਕਿਸੇ ਪ੍ਰਾਈਵੇਟ ਬੰਦਿਆਂ ਨੂੰ ਠੇਕਾ ਦਿੱਤਾ ਵਾ ਕਿ ਸ਼ਹਿਰ ਨੂੰ ਸੁਧਾਰਨ ਦਾ। ਜੇ ਆਪਾਂ ਕਹਿ ਦਈਏ ਵੀ ਸਾਡੀ ਪੰਜਾਬ ਪੁਲਿਸ ਦੀ ਨਫਰੀ ਆ, ਇੱਥੇ ਜੇ ਕੋਈ ਮਰਡਰ ਹੋ ਜਾਂਦਾ ਤਾਂ ਫਿਰ ਬੰਦੇ ਆਪ ਲੜਨਗੇ, ਜੇ ਅਸੀਂ 2-4 ਮੁੰਡੇ ਹੁੰਦੇ, ਮੇਰੇ ਕੋਈ ਭਰਾ ਹੁੰਦੇ ਜਿਵੇਂ ਮੇਰੇ ਨਾਲ ਕਾਲਾ ਬਸ਼ਨੰਦੀ ਸਰਪੰਚ ਹੁੰਦਾ ਜਾਂ ਅਸੀਂ ਹੋਰ 2-4 ਮੁੰਡੇ ਹੁੰਦੇ ਜੀ ਨਾਲ, ਤਾਂ ਫਿਰ ਸਾਡੀ ਉੱਥੇ ਉਹਨਾਂ ਨਾਲ ਲੜਾਈ ਹੁੰਦੀ ਜੀ। ਪੁਲਿਸ ਦਾ ਤਾਂ ਬੰਦਾ ਹੀ ਨਹੀਂ ਗਾ ਜੀ ਕੋਈ, ਪੁਲਿਸ ਦਾ ਉੱਥੇ ਇੱਕ ਬੰਦਾ ਉੱਥੇ ਬੈਠਾ ਜੀ ਪੁਲਿਸ ਵਾਲਾ, ਉਹ ਕਹਿੰਦਾ ਮੈਂ ਪੁਲਿਸ ਵਾਲਾ। ਮੈਂ ਕਿਹਾ ਜੀ ਤੈਨੂੰ ਕੀ ਪਤਾ, ਸਾਰੇ ਤੁਸੀਂ ਸਿਵਲ 'ਚੋਂ ਇੱਕ ਬੰਦਾ ਮੁਲਾਜ਼ਮ ਆ ਜੀ, ਆਮ ਨੋਰਮਲ ਕੁੜਤੇ ਪਜਾਮੇ ਵਾਲੇ ਬੰਦੇ ਆ ਕੇ ਤੁਹਾਡੀ ਗੱਡੀ ਨੂੰ ਹੱਥ ਪਾਉਂਦੇ ਜੀ, ਇਹ ਕੀ ਪਤਾ ਤੁਹਾਡੀ ਗੱਡੀ ਲੁੱਟ ਹੀ ਲੈਣੀ, ਉਹ ਤੁਹਾਡਾ ਕੋਈ ਕੀਮਤੀ ਸਮਾਨ ਪਿਆ ਹੋਵੇ ਉਹਦਾ ਜ਼ਿੰਮੇਵਾਰ ਕੌਣ ਆ ਜੀ? ਜਦੋਂ ਪ੍ਰਸ਼ਾਸਨ ਦਾ ਤਾਂ ਕੋਈ ਬੰਦਾ ਨਹੀਂ ਗਾ ਜੀ ਨਾਲ, ਸਿਰਫ ਇੱਕ ਪੁਲਿਸ ਵਾਲਾ ਜੀ, ਇੱਕ ਸਿਪਾਹੀ ਦਿੱਤਾ ਵਾ ਜੀ ਉਹਨਾਂ ਨੂੰ। ਉਸ ਤੋਂ ਬਾਅਦ ਤੁਹਾਡਾ ਤਾਂ ਫਾਈਨ ਭਰਾਇਆ ਗਿਆ ਕਿ ਨਹੀਂ ਉੱਥੇ? ਫਾਈਨ ਜੀ ਬਿਲਕੁਲ 1000 ਰੁਪਇਆ ਮੰਗਦੀ ਸੀ, ਅਸੀਂ ਕਿਹਾ ਕਾਹਦਾ ਦਿੰਦੇ ਹਾਂ, ਅਸੀਂ ਕਾਹਦਾ ਦਈਏ ਜੀ, 500 ਰੁਪਇਆ ਦਿੱਤਾ। ਫਿਰ ਮੈਂ, ਜੇ ਮੇਰਾ ਬੇਟਾ ਨਾ ਰੋਣ ਲੱਗਦਾ ਜੀ ਤਾਂ ਫਿਰ ਸ਼ਾਇਦ ਸਾਡਾ ਉਹਨਾਂ ਨਾਲ ਝਗੜਾ ਵੱਧ ਜਾਂਦਾ ਜੀ, ਬਿਲਕੁਲ ਸਾਡਾ ਝਗੜਾ ਉਹਨਾਂ ਦਾ ਵੱਧ ਛੱਡਤੀ ਉੱਥੇ ਗੱਡੀ ਛੱਡਤੀ। ਹਾਂ ਗੱਡੀ 500 ਰੁਪਇਆ ਲੈ ਕੇ ਛੱਡਤੀ ਜੀ। ਠੀਕ ਹੈ, ਪਰ ਉੱਥੋਂ ਦਾ ਕੋਈ ਵੀ ਦੁਕਾਨਦਾਰ ਜਾਂ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ, ਸਭ ਤੋਂ ਵੱਡੀ ਗੱਲ ਇਹ ਆ ਜੀ ਉਹਨਾਂ ਨੇ ਗੱਡੀ ਨੂੰ ਐਂ ਕਰਕੇ ਪਾਇਆ, ਜੇ ਗਲਤ ਪਾਰਕਿੰਗ ਲੱਗਦੀ ਤਾਂ ਉਹ ਪਾਰਕਿੰਗ ਨੂੰ ਚੱਕਦੇ ਤੁਰ ਜਾਂਦੇ। ਤੁਸੀਂ ਵੀਡੀਓ ਦੇਖੀ ਹੋਣੀ ਆ, ਗੱਡੀ ਉਹਨਾਂ ਨੇ ਆਪ ਤਾਂ ਟੇਢੀ ਕਰਕੇ ਲਾਈ ਵੀ ਹੈ, ਉੱਥੇ 1/2 ਘੰਟਾ ਟ੍ਰੈਫਿਕ ਜਾਮ ਰਿਹਾ ਜੀ ਬਠਿੰਡੇ ਦਾ, ਉਹ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਲੱਗਿਆ ਜੀ। ਜਾਂ ਜਿਹੜੇ ਦੇਖੋ ਜੀ ਕਹਿੰਦੇ ਚੰਗੇ ਨਹੀਂ ਲੱਗਦੇ ਗੇ ਜੀ, ਚਲੋ ਅਸੀਂ ਥੋੜ੍ਹਾ ਜਿਹਾ ਪ੍ਰੈਕਟ੿ਕਲ ਲਾਈਨ 'ਚ ਹੈਗੇ ਜੀ, ਅਗਲਾ ਕਹਿੰਦਾ ਸਰਕਾਰ 'ਤੇ ਸਵਾਲ ਚੁੱਕਦੇ ਆ, ਪੁਲਿਸ ਨੂੰ ਚਲਾਨ ਕੱਟਣ ਦਾ ਟਾਈਮ ਹੈਗਾ ਸੜਕਾਂ 'ਤੇ ਖੜਨ ਦਾ, ਉੱਥੇ ਇੱਕ ਪ੍ਰਾਈਵੇਟ ਬੰਦੇ ਸ਼ਹਿਰ ਦੀ ਰਾਖੀ ਕਰਨਗੇ,
ਵੈਸੇ ਬਠਿੰਡੇ ਦੇ ਵਿੱਚ ਮਤਲਬ ਇਹ ਤਾਂ ਟੋਕ ਕਰਨ ਵਾਲੀ ਗੱਲ ਆ ਗਈ, ਪਰ ਵੈਸੇ ਸਾਰਾ ਕੁਝ ਸਹੀ ਹੋ ਰਿਹਾ ਬਠਿੰਡੇ ਵਿੱਚ? ਉਹ ਤਾਂ ਜੀ ਚਲੋ ਐਡੀ ਵੱਡੀ ਗੱਲ ਆਪਾਂ ਕਰੀਏ ਜੀ, ਜਿਹੜਾ ਕੁਛ ਸਾਡੇ ਨਾਲ ਹੋਇਆ ਜੀ, ਜੋ ਸਾਡੇ ਨਾਲ ਬੀਤਿਆ ਜੀ, ਪਰ ਮੈਂ ਤਾਂ ਸੋਚਿਆ ਜੀ ਵੀ ਸਾਨੂੰ ਆਵਾਜ਼ ਚੱਕਣੀ ਚਾਹੀਦੀ ਹੈ ਜੀ, ਇਸੇ ਕਰਕੇ ਅਸੀਂ ਤਾਂ ਆਵਾਜ਼ ਚੱਕੀ ਆ ਜੀ। ਜੇ ਹੋਰ ਇਸ ਤੋਂ ਪਹਿਲਾਂ ਕਦੇ ਮਾਮਲਾ ਦੇਖਿਆ ਜੇ ਹੈ ਗੱਡੀਆਂ ਚੱਕਦੇ ਟੋਕ ਕਰਦੇ, ਦੇਖਿਆ ਹੋਣੀ ਵੀਡੀਓ? ਹੋਰ ਵੀ ਇਹਨਾਂ ਦੀਆਂ ਬਹੁਤ ਵਾਰੀ ਵੀਡੀਓ ਵਾਇਰਲ ਹੋਈਆਂ ਜੀ, ਕੱਲ੍ਹ ਉੱਥੇ ਕਾਫੀ ਬੰਦੇ, ਪਰ ਸਾਡੇ ਨਾਲ ਕੋਈ ਨਿੱਜੀ ਤੌਰ 'ਤੇ ਨਹੀਂ ਖੜਿਆ ਜੀ, ਵੈਸੇ ਕਹਿੰਦੇ ਰਹੇ ਜੀ, ਅਸੀਂ ਜਿਹੜੇ ਮੁੰਡੇ ਲਾਈਵ ਹੋਏ ਸੀ ਜਾਂ ਨਿਊਜ਼ 80 'ਤੇ ਖਬਰ ਪਾਈ ਸੀ, ਅਸੀਂ ਉਹਦੇ ਕਮੈਂਟ ਪੜ੍ਹੇ ਸੀ ਜੀ, ਵੀ ਲੋਕ ਨੇ ਬਹੁਤ ਚੰਗੇ ਕਮੈਂਟ ਕੀਤੇ, ਸਾਰੇ ਉਹਨਾਂ ਦੇ ਉਲਟ ਕਮੈਂਟ ਕਰ ਰਹੇ ਜੀ, ਸਾਨੂੰ ਕਿਸੇ ਨੇ ਇੱਕ ਵੀ ਗਲਤ ਕਮੈਂਟ ਨਹੀਂ ਕੀਤਾ ਗਾ ਜੀ। ਜੇ ਅਸੀਂ ਗੱਡੀ ਤੋਂ ਦੂਰ ਹੁੰਦੇ ਤਾਂ ਸਾਡੇ ਹੀ ਉਹ ਗੱਡੀ ਲਿਜਾ ਸਕਦੇ, ਅਸੀਂ ਗੱਡੀ ਦੇ ਕੋਲ ਖੜੇ ਹਾਂ ਜੀ, ਗੱਡੀ ਲੋਕ ਤੱਕ ਨਹੀਂ ਕੀਤੀ ਜੀ, 30 ਸਕਿੰਟ ਤੱਕ ਉੱਤਰ ਕੇ ਜੀ ਮੈਂ ਆਪਦੀ ਬਾਰੀ ਬੰਦ ਕਰਕੇ ਜੀ, ਅਤੇ ਮੈਂ ਆਪਦੇ ਬੇਟੇ ਨੂੰ ਹਜੇ ਗੱਡੀ 'ਚ ਉਤਾਰ ਰਿਹਾ ਜੀ, ਉਹਨਾਂ ਨੇ ਆ ਕੇ ਗੱਡੀ ਟੋ ਕਰ ਲਈ, ਤੁਸੀਂ ਗਲਤ ਕਰ ਰਹੇ ਹੋ। ਇਸ ਨਾਲ ਤਾਂ ਕਲੂ ਕੇ ਵਿੱਚ ਬੈਠਾ ਉਹਨੂੰ ਵੀ ਲਿਜਾ ਸਕਦੇ ਹਾਂ ਬਾਈ ਜੀ, ਬੰਦੇ ਦਾ ਕੀਮਤੀ, ਦੇਖੋ ਜੀ ਜਦੋਂ ਕੋਈ ਬੰਦਾ ਕੀਮਤੀ ਗਹਿਣੇ ਜਾਂ ਕੋਈ ਆਪਦੇ ਪ੍ਰੋਪਰਟੀ ਦੇ ਜਾਂ ਕਿਸੇ ਨਾਲ ਕੋਈ ਲੈਣ ਦੇਣ ਕਰਨਾ ਹੁੰਦਾ, ਉਦੋਂ ਬੰਦਾ 4-ਵੀਕਲ 'ਤੇ ਜਾਂਦਾ ਜੀ, ਨਾ ਕਿ ਕਿਸੇ ਸਕੂਟਰ ਮੋਟਰਸਾਈਕਲ 'ਤੇ ਜਾਂਦਾ। ਅਤੇ ਜੇ ਬੰਦੇ ਦਾ ਕਾਰ 'ਚ ਕੀਮਤੀ ਸਮਾਨ ਪਿਆ ਹੋਵੇ ਜੀ, ਤਾਂ ਤੁਸੀਂ ਤੁਹਾਡੀ ਕਾਰ ਵੀ ਲੋਕ ਨਹੀਂ, ਉਹ ਚੱਕ ਕੇ ਲਿਜਾ ਸਕਦੇ ਆ ਜੀ। ਅਤੇ ਜੇ ਤੁਹਾਡੇ ਨਾਲ ਕੋਈ ਰਿਸ਼ਤੇਦਾਰ ਹੋਣ ਜੀ, ਤਾਂ ਤੁਹਾਡੀ ਉਹ 'ਚ ਇਨਸਲਟ ਕਿੰਨੀ ਹੁੰਦੀ ਹੈ ਜੀ। ਮੇਰੀ ਵਾਈਫ ਸੀਗੀ ਜੀ ਨਾਲ, ਅਤੇ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਹਰਟ ਹੋਏ, ਉਹਨਾਂ ਨੇ ਪੁੱਛਿਆ ਵੀ ਸਾਨੂੰ ਬੋਰਡ ਦਿਖਾਓ ਜੀ, ਤੁਸੀਂ ਵੀਡੀਓ 'ਚ ਸੁਣੀ ਹੋਣੀ ਹੈ ਜੀ ਗੱਲ, ਨੋ ਪਾਰਕਿੰਗ ਦਾ ਬੋਰਡ ਨਹੀਂ ਲੱਗਿਆ ਹੈਗਾ ਜੀ। ਅਤੇ ਸਭ ਤੋਂ ਵੱਡੀ ਉਹ ਜਿਹੜੇ ਬੰਦੇ ਇੰਨੀ ਬਦਮਾਸ਼ੀ ਕਰ ਰਹੇ ਸੀ, ਉਹ ਕਹਿੰਦੇ ਯਾਰ ਤੁਸੀਂ ਚਾਹੇ SSP ਨੂੰ ਸ਼ਿਕਾਇਤ ਕਰੋ, DC ਨੂੰ ਕਰੋ, ਮੇਅਰ ਨੂੰ ਕਰੋ, MLA ਨੂੰ ਕਰੋ, ਅਸੀਂ ਠੇਕਾ ਭਰਦੇ ਹਾਂ। ਅੱਛਾ, ਇਹ ਦੇਖੋ ਵੀ ਹੁਣ ਜਿਹੜੀ ਸ਼ਹਿਰ ਦੀ ਕਾਨੂੰਨ ਅਵਸਥਾ ਜਾਂ ਟ੍ਰੈਫਿਕ ਵਾਲੀ ਹੈ, ਵੀ ਟ੍ਰੈਫਿਕ ਪੁਲਿਸ ਦੀ ਨਹੀਂ ਗੀ, ਇੱਕ ਪ੍ਰਾਈਵੇਟ ਬੰਦਿਆਂ ਦੇ ਹੱਥ ਵਿੱਚ ਇਹ ਸਰਕਾਰ ਨੇ ਦਿੱਤੀ ਹੈ। ਇਹ ਤਾਂ ਕਹਿੰਦੇ ਰਹਿੰਦੇ ਆ ਮਾਨ ਸਾਹਿਬ ਵੀ ਇਹ ਦੇਸ਼ ਵਿੱਚ ਹੀ ਜਾਂਦੇ ਆ ਜੀ, ਇਹਨਾਂ ਨੇ ਇਹਦਾ ਮਤਲਬ ਤਾਂ ਜੀ ਆਮ ਬੰਦਿਆਂ ਨੂੰ ਬਠਿੰਡਾ ਵੇਚ ਚੁੱਕੀ ਹੈ ਜੀ, ਬਠਿੰਡਾ ਪ੍ਰਸ਼ਾਸਨ ਅਤੇ ਬਠਿੰਡੇ ਦਾ MLA ਜੀ ਖਾਸ ਕਰਕੇ, ਵੀ ਉਹਨੇ ਜਿਹੜਾ ਪ੍ਰਸ਼ਾਸਨ ਆ ਉਹਦੇ ਤੋਂ ਪਾਸੇ ਹੋ ਕੇ ਇੱਕ ਪ੍ਰਾਈਵੇਟ ਬੰਦਿਆਂ ਨੂੰ ਕੰਮ ਦਿੱਤਾ ਵਾ ਜੀ, ਇਹ ਬਹੁਤ ਮਾੜੀ ਗੱਲ ਹੈ ਜੀ। ਬਿਲਕੁਲ, ਮਤਲਬ ਮੰਗ ਕੀ ਕਰਦੇ ਹੋ ਵੀ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਕਿ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ, ਕੀ ਹੋਣਾ ਚਾਹੀਦਾ? ਦੇਖੋ ਜੀ, ਉਹਨਾਂ 'ਤੇ ਕਾਰਵਾਈ ਵੀ ਹੋਣੀ ਚਾਹੀਦੀ ਆ, ਬੰਦ ਵੀ ਹੋਣਾ ਚਾਹੀਦਾ। ਸਭ ਤੋਂ ਵੱਡੀ ਗੱਲ ਬਠਿੰਡਾ ਵਾਸੀਆਂ ਦੇ ਜਿਹੜੇ ਛੋਟੇ ਦੁਕਾਨਦਾਰ ਆ ਜੀ, ਭੁੱਚੋ ਆਊਟਲੈਟ ਬਣਿਆ ਜੀ, ਲੋਕ ਉੱਥੇ ਜਾਣਗੇ ਜੀ ਜਿੱਥੇ ਅਗਲੇ ਨੂੰ ਗੱਡੀ ਖੜਨ ਦਾ ਬਣਾ ਜੀ। ਬਠਿੰਡੇ ਉਰੇ ਮੌਲ ਬਣਿਆ ਵਾ ਜੀ, ਕਈ ਮੇਰੇ ਵਰਗੇ ਗਰੀਬ ਬੰਦੇ ਨਹੀਂ ਅਫੋਰਡ ਕਰ ਸਕਦੇ ਜੀ। ਹੁਣ ਮੈਂ ਉੱਥੇ ਜੀ, ਹੋ ਸਕਦਾ ਮੈਨੂੰ 100-200 ਰੁਪਇਆ ਸਸਤੇ ਲੱਗੇ ਹੋਵੇ ਚੀਜ਼, ਮੈਂ ਤਾਂ ਗਿਆ ਵਾਂ, ਮੈਨੂੰ ਜੀ 1000 ਰੁਪਏ ਦਾ ਜੁਰਮਾਨਾ ਦੇਣਾ ਪਊਗਾ ਜੀ, ਪਲੱਸ ਹਰਾਸਮੈਂਟ ਜੀ, ਅਤੇ ਫਿਰ ਉਹਨਾਂ ਦੀਆਂ ਦੁਕਾਨਾਂ 'ਤੇ ਕੌਣ ਜਾਊਗਾ ਜੀ? ਬਠਿੰਡੇ ਦੇ ਵਪਾਰੀ ਨੂੰ, ਦੁਕਾਨਦਾਰਾਂ ਨੂੰ ਇਹ ਮਿਲ ਕੇ ਜਿਹੜਾ ਉੱਥੋਂ ਦਾ MLA ਆ, DC ਆ, SSP, ਉਹਨਾਂ ਨਾਲ ਗੱਲ ਕਰਨੀ ਚਾਹੀਦੀ, ਮੇਅਰ ਨਾਲ ਗੱਲ ਕਰਨੀ ਚਾਹੀਦੀ ਆ ਵੀ ਸਾਡੀਆਂ ਦੁਕਾਨਾਂ 'ਤੇ ਕੌਣ। 60 ਕਿਲੋਮੀਟਰ ਪੈ ਜਾਂਦਾ ਜੀ ਬਾਈ ਜੀ, ਆਪਣਾ ਪਿੰਡ ਸੂਰਕੁਰੀ, ਅਸੀਂ 60 ਕਿਲੋਮੀਟਰ ਤੋਂ ਉੱਥੋਂ ਗਏ ਹਾਂ, ਅਤੇ ਅਸੀਂ ਉਹਨਾਂ ਤੋਂ ਸਮਾਨ ਨਹੀਂ ਲਿਆ ਜੀ। ਮੈਂ ਉਹਨਾਂ ਨੂੰ ਦੁਕਾਨਦਾਰਾਂ ਨੂੰ ਚੇਚੇ ਤੌਰ 'ਤੇ ਕਹਿ ਕੇ ਆਇਆ ਵੀ ਤੁਹਾਡੇ ਇੱਥੇ ਦੁਕਾਨਾਂ 'ਤੇ ਕਿਸੇ ਨੇ ਆਉਣਾ ਨਹੀਂ ਗਾ। ਜੇ ਬੰਦੇ ਦਾ 500 ਰੁਪਏ ਦਾ ਤੇਲ ਸਾੜ ਕੇ ਗਿਆ ਜੀ, ਅਤੇ 1000 ਰੁਪਏ ਦਾ ਚਲਾਨ ਹੋ ਗਿਆ ਜੀ, ਅਤੇ ਪਲੱਸ ਹਰਾਸਮੈਂਟ ਹੋ ਗਈ ਜੀ, ਅਤੇ ਫਿਰ ਦੁਕਾਨ 'ਤੇ ਅਗਲਾ ਕੌਣ ਜਾਊਗਾ ਜੀ? ਅਗਲਾ ਉਦੋਂ ਤਾਂ ਵਧੀਆ ਜੀ, ਕਿਸੇ ਥਾਂ ਬ੍ਰਾਂਡਡ ਥਾਂ ਤੋਂ ਚੀਜ਼ ਲੈ ਲੂਗਾ ਜੀ, ਨਾਲੇ ਉਹਦੀ ਗਰੰਟੀ ਹੋਊਗੀ ਜੀ, ਦੁਕਾਨਾਂ 'ਤੇ ਕੌਣ ਜਾਊਗਾ ਜੀ? ਇਹ ਛੋਟੇ ਵਪਾਰੀਆਂ ਨੂੰ ਇੱਥੋਂ ਦੇ ਜਿਹੜੀ ਗੁੰਡਾਗਰਦੀ ਹੋ ਰਹੀ ਆ ਉਹਦੇ ਖਿਲਾਫ਼ ਬੋਲਣਾ ਚਾਹੀਦਾ ਜੀ। ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸਰ ਜੀ। ਤਾਂ ਗੱਲਬਾਤ ਕੀਤੀ ਉਹਨਾਂ ਦੀ ਸਾਰੀ ਘਟਨਾ ਸੀ ਕਿ ਕਿਵੇਂ ਸਾਡੀ ਗੱਡੀ ਨੂੰ ਆ ਕੇ ਟੋਅ ਕਰ ਲਿਆ, ਉਸ ਤੋਂ ਬਾਅਦ 500 ਰੁਪਇਆ ਜੁਰਮਾਨਾ ਦੇਣ ਤੋਂ ਬਾਅਦ ਜਿਹੜੀ ਗੱਡੀ ਛੱਡੀ ਹੈ, ਤਾਂ ਉਹਨਾਂ ਨੇ ਆਖਿਆ ਕਿ ਜਿਹੜੇ ਪ੍ਰਾਈਵੇਟ ਬੰਦੇ ਆ ਕੁਝ, ਉਹ ਸਾਰੇ ਪ੍ਰਸ਼ਾਸਨ ਨੂੰ ਚਲਾ ਰਹੇ ਆ, ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਅਤੇ ਇਹਦਾ ਹੱਲ ਜਲਦ ਤੋਂ ਜਲਦ ਕਰਨਾ ਚਾਹੀਦਾ। ਉਮੀਦ ਕਰਦੇ ਹਾਂ ਸਰਕਾਰ ਇਸ ਵੱਲ ਧਿਆਨ ਦੇਊਗੀ। ਦੇਖਦੇ ਰਹੋ ਲੋਕ ਵਾਸ ਟੀ ਵੀ, ਧੰਨਵਾਦ।